ਇਟਸ ਯੂਅਰ ਬੋਲੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮਵਰ ਗਾਇਕ ਮਨਜੀਤ ਰੂਪੋਵਾਲੀਆ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ, ਜਿਨ੍ਹਾਂ ਦੀ ਬਾਇਓਗ੍ਰਾਫੀ ਲਈ ਤੁਸੀਂ ਕਾਫੀ ਲੰਬੇ ਸਮੇਂ ਤੋਂ ਫਰਮਾਇਸ਼ ਕਰ ਰਹੇ ਸੀ। ਸੋ ਦੋਸਤੋ, ਆਪਾਂ ਅੱਜ ਦੀ ਵੀਡੀਓ ਵਿੱਚ ਮਨਜੀਤ ਰੂਪੋਵਾਲੀਆ ਜੀ ਦੀ ਲਾਈਫ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਕਰੀਅਰ ਤੇ ਸੰਘਰਸ਼ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ। ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤੇ ਜਿੰਨੇ ਵੀ ਮਨਜੀਤ ਰੂਪੋਵਾਲੀਆ ਜੀ ਦੇ ਫੈਨ ਆ, ਇਸ ਵੀਡੀਓ ਨੂੰ ਜਲਦੀ ਜਲਦੀ ਲਾਈਕ ਜ਼ਰੂਰ ਕਰ ਦਿਓ। ਤੇ ਦੋਸਤੋ, ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਜੀ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਆਪਣੇ ਚੈਨਲ ਨੂੰ ਇਸ ਵੀਡੀਓ ਹੇਠਾਂ ਜੋ ਰੈਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਮਨਜੀਤ ਰੂਪੋਵਾਲੀਆ ਜੀ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਮਨਜੀਤ ਰੂਪੋਵਾਲੀਆ ਦਾ ਜਨਮ ਮਾਤਾ ਸ਼ੰਕਰ ਕੌਰ ਦੀ ਕੁੱਖੋਂ ਤੇ ਪਿਤਾ ਸਰਦਾਰ ਪਿਆਰਾ ਸਿੰਘ ਦੇ ਘਰ ਪਿੰਡ ਰੂਪੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਵਿਖੇ ਹੋਇਆ। ਬਚਪਨ ਤੋਂ ਹੀ ਮਨਜੀਤ ਰੂਪੋਵਾਲੀਆ ਨੂੰ ਸਿੰਗਿੰਗ ਨਾਲ ਬਹੁਤ ਜ਼ਿਆਦਾ ਪਿਆਰ ਸੀ। ਸੋ ਉਹਨਾਂ ਨੇ ਬਹੁਤ ਹੀ ਛੋਟੀ ਉਮਰ ਵਿੱਚ ਇਹ ਫੈਸਲਾ ਕਰ ਲਿਆ ਸੀ ਕਿ ਮੈਂ ਵੱਡੇ ਹੋ ਕੇ ਇੱਕ ਨਾਮਵਰ ਗਾਇਕ ਬਣਨਾ ਤੇ ਉਹਨਾਂ ਨੇ ਆਪਣੀ ਸਕੂਲਿੰਗ ਅੰਬਾਲਾ ਜੱਟਾ ਸਕੂਲ ਤੋਂ ਪੂਰੀ ਕੀਤੀ। ਇਹ ਪਿੰਡ ਬਿਲਕੁਲ ਉਹਨਾਂ ਦੇ ਨਾਲ ਲੱਗਦਾ। ਸੋ ਜਿਸ ਸਮੇਂ ਉਹ ਆਪਣੇ ਸਕੂਲ ਵਿੱਚ ਵੀ ਸੀ ਉੱਥੇ ਵੀ ਉਹ ਬਾਲ ਸਭਾ ਵਿੱਚ ਗਾਇਆ ਕਰਦੇ ਸੀ। ਇਸ ਤੋਂ ਬਿਨਾਂ ਉਹ ਪ੍ਰੇਅਰ ਵੀ ਕਰਾਉਂਦੇ ਸੀ ਤੇ ਉਹ ਬਚਪਨ ਵਿੱਚ ਗੁਰਦੁਆਰਾ ਸਾਹਿਬ ਜਾ ਕੇ ਵੀ ਕੋਈ ਨਾ ਕੋਈ ਧਾਰਮਿਕ ਗੀਤ ਜਾਂ ਵਾਰਾਂ ਗਾਇਆ ਕਰਦੇ ਸੀ ਤੇ ਉਹਨਾਂ ਦੀ ਗਾਇਕੀ ਨੂੰ ਸਾਰੇ ਬਹੁਤ ਜ਼ਿਆਦਾ ਪਸੰਦ ਕਰਦੇ ਸੀ। ਦੋਸਤੋ, ਜਦੋਂ ਮਨਜੀਤ ਰੂਪੋਵਾਲੀਆ ਜੀ ਆਪਣੇ ਸਕੂਲ ਵਿੱਚ ਪੜ੍ਹਦੇ ਸੀ ਤਾਂ ਉਹਨਾਂ ਦੇ ਟੀਚਰ ਸਹਿਬਾਨ ਨੇ ਉਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਕੀਤੀ ਤੇ ਮਨਜੀਤ ਰੂਪੋਵਾਲੀਆ ਦੀ ਗਾਇਕੀ ਤੋਂ ਸਾਰੇ ਟੀਚਰ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਇਸੇ ਕਾਰਨ ਜਦੋਂ ਉਹ 5ਵੀਂ ਕਲਾਸ ਵਿੱਚ ਸੀ ਤਾਂ ਉਹਨਾਂ ਨੇ ਆਪਣੇ ਜੀਵਨ ਦਾ ਪਹਿਲਾ ਸਿੰਗਿੰਗ ਕੰਪੀਟੀਸ਼ਨ ਲੜਿਆ ਤੇ ਉਸ ਵਿੱਚ ਉਹ ਜੇਤੂ ਰਹੇ, ਉਹਨਾਂ ਨੇ ਪਹਿਲਾ ਪ੍ਰਾਈਜ਼ ਹਾਸਲ ਕੀਤਾ। ਇਸ ਤੋਂ ਬਿਨਾਂ ਦੋਸਤੋ, ਉਹਨਾਂ ਦੇ ਸਕੂਲ ਦੇ ਹੈੱਡਮਾਸਟਰ ਸਾਹਿਬ ਨੇ ਮਨਜੀਤ ਰੂਪੋਵਾਲੀ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਜਲੰਧਰ ਦੂਰਦਰਸ਼ਨ ਨੂੰ ਇੱਕ ਲੈਟਰ ਵੀ ਲਿਖਿਆ ਸੀ ਜਿਸ ਵਿੱਚ ਉਹਨਾਂ ਨੇ ਮਨਜੀਤ ਰੂਪੋਵਾਲੀ ਦੀ ਗਾਇਕੀ ਬਾਰੇ ਦੱਸਿਆ ਤੇ ਉਸ ਨੂੰ ਮੌਕਾ ਦੇਣ ਦੀ ਵੀ ਰਿਕੁਐਸਟ ਕੀਤੀ। ਇਸੇ ਤਰ੍ਹਾਂ ਮਨਜੀਤ ਰੂਪੋਵਾਲੀ ਜੀ ਤੋਂ ਜੋ ਵੀ ਗੀਤ ਸੁਣਦਾ, ਜੋ ਵੀ ਉਹਨਾਂ ਦੀ ਗਾਇਕੀ ਸੁਣਦਾ, ਉਸ ਤੋਂ ਪ੍ਰਭਾਵਿਤ ਹੋ ਕੇ ਮਨਜੀਤ ਨੂੰ ਹਮੇਸ਼ਾ ਹੀ ਹੱਲਾਸ਼ੇਰੀ ਦਿੰਦੇ। ਇਸ ਨਾਲ ਮਨਜੀਤ ਰੂਪੋਵਾਲੀ ਜੀ ਦਾ ਹੌਲੀ ਹੌਲੀ ਹੌਸਲਾ ਵੱਧਦਾ ਗਿਆ ਤੇ ਉਹਨਾਂ ਨੇ ਹੋਰ ਵੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਨਾਲ ਉਹਨਾਂ ਦੀ ਗਾਇਕੀ ਵਿੱਚ ਸੁਧਾਰ ਆਉਂਦਾ ਗਿਆ। ਆਪਣੀ ਸਕੂਲਿੰਗ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਨੇ ਇਲੈਕਟ੍ਰੀਸ਼ਨ ਦਾ ਡਿਪਲੋਮਾ ਕੀਤਾ ਤੇ ਇਸ ਤੋਂ ਬਾਅਦ ਉਹਨਾਂ ਨੇ ਗ੍ਰੈਜੂਏਸ਼ਨ ਕਰਨ ਲਈ ਦਾਖਲਾ ਲਿਆ ਖਾਲਸਾ ਕਾਲਜ ਗੜ੍ਹਦੀਵਾਲਾ ਤੇ ਉੱਥੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ। ਆਪਣੇ ਕਾਲਜ ਸਮੇਂ ਵੀ ਉਹ ਅਕਸਰ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਸੀ ਤੇ ਦੋਸਤੋ, ਲਗਭਗ ਇਸੇ ਸਮੇਂ ਦੌਰਾਨ ਉਹਨਾਂ ਦੀ ਮੁਲਾਕਾਤ ਹੋਈ ਨਾਮਵਰ ਪੰਜਾਬੀ ਗਾਇਕਾ ਪਰਮਿੰਦਰ ਸੰਧੂ ਨਾਲ ਤੇ ਉਹਨਾਂ ਨੇ ਪਰਮਿੰਦਰ ਸੰਧੂ ਨੂੰ ਆਪਣਾ ਉਸਤਾਦ ਵੀ ਧਾਰਿਆ ਤੇ ਉਹਨਾਂ ਤੋਂ ਮਿਊਜ਼ਿਕ ਬਰੀਕੀਆਂ ਸਿੱਖੀਆਂ। ਇਸ ਦੇ ਨਾਲ ਹੀ ਉਹ ਲਗਭਗ 4 ਸਾਲ ਪਰਮਿੰਦਰ ਸੰਧੂ ਜੀ ਨਾਲ ਕੋਰਸ ਵੀ ਕਰਦੇ ਰਹੇ ਆ, ਜਿਸ ਨਾਲ ਉਹਨਾਂ ਨੂੰ ਸਟੇਜ ਦੇ ਬਹੁਤ ਸਾਰੇ ਦਾਅ ਪੇਸ਼ ਸਿੱਖਣ ਦਾ ਮੌਕਾ ਮਿਲਿਆ। ਤੇ ਫਿਰ ਦੋਸਤੋ, ਲੰਬੀ ਮਿਹਨਤ ਤੇ ਸੰਗੀਤਕ ਬਰੀਕੀਆਂ ਸਿੱਖਣ ਤੋਂ ਬਾਅਦ ਸੰਨ 1998 ਵਿੱਚ ਮਨਜੀਤ ਰੂਪੋਵਾਲੀਆ ਜੀ ਦੀ ਪਹਿਲੀ ਐਲਬਮ ਆਈ ਗੈਰਾਂ ਦੀ ਮਹਿੰਦੀ। ਇਹ ਐਲਬਮ ਸੁਪਰ ਡੁਪਰ ਹਿੱਟ ਹੋਈ ਤੇ ਦੋਸਤੋ, ਉਹਨਾਂ ਦਾ ਉਸ ਸਮੇਂ ਦੂਰਦਰਸ਼ਨ ਜਲੰਧਰ ਦੇ ਲਸ਼ਕਾਰਾ ਪ੍ਰੋਗਰਾਮ ਵਿੱਚ ਗੀਤ ਵੀ ਆਇਆ ਜਿਸ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਇਸ ਦੇ ਨਾਲ ਹੀ ਉਹਨਾਂ ਦੀ ਪਹਿਲੀ ਐਲਬਮ ਸੁਪਰ ਡੁਪਰ ਹਿੱਟ ਹੋਈ। ਇਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹਨਾਂ ਦੀਆਂ ਹੁਣ ਤੱਕ ਲਗਭਗ 12 ਤੋਂ ਵੀ ਵੱਧ ਐਲਬਮਸ ਆ ਚੁੱਕੀਆਂ ਤੇ ਇਸ ਦੇ ਨਾਲ ਉਹਨਾਂ ਨੇ ਕੁਝ ਧਾਰਮਿਕ ਐਲਬਮਸ ਵੀ ਆਈਆਂ ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ। ਜੇ ਆਪਾਂ ਉਹਨਾਂ ਦੀਆਂ ਐਲਬਮਸ ਦੀ ਗੱਲ ਕਰੀਏ ਤਾਂ ਉਹਨੇ ਤੇਰੀ ਬੇਵਫਾਈ ਮੈਨੂੰ ਯਾਦ ਆਊਗੀ, ਦਿਲ ਸੋਚ ਕੇ ਲਾਈ, ਸਦਕੇ ਤੇਰੀਆਂ ਯਾਦਾਂ ਦੇ, ਵਾਅਦੇ, ਬਾਜੀ, 100/100, ਲਵ ਫੋਰ ਐਵਰ ਤੇ ਇਸ ਤੋਂ ਬਿਨਾਂ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਐਲਬਮਸ ਆ ਚੁੱਕੀਆਂ। ਮਨਜੀਤ ਰੂਪੋਵਾਲੀਆ ਜੀ ਨੇ ਲਗਭਗ 3 ਡਿਊਟ ਐਲਬਮਸ ਕੀਤੀਆਂ ਮਿਸ ਪੂਜਾ ਜੀ ਨਾਲ, ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ। ਉਹਨਾਂ ਦਾ ਗਾਣਾ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਤੇ ਇਸ ਦੇ ਨਾਲ ਹੀ ਵਾਅਦੇ ਗੀਤ, ਇਸ ਨੂੰ ਵੀ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਇਸੇ ਕਾਰਨ ਹੀ ਮਨਜੀਤ ਰੂਪੋਵਾਲੀਆ ਜੀ ਦਾ ਗਿਨੀਜ਼ ਬੁੱਕ ਵਿੱਚ ਵੀ ਨਾਮ ਦਰਜ ਹੋਇਆ, ਜੋ ਕਿ ਉਹਨਾਂ ਲਈ ਬਹੁਤ ਹੀ ਮਾਣ ਦੀ ਗੱਲ ਆ। ਸੋ ਦੋਸਤੋ, ਜੇ ਆਪਾਂ ਉਹਨਾਂ ਦੇ ਕੁਝ ਹਿੱਟ ਸੌਂਗਸ ਦੀ ਗੱਲ ਕਰੀਏ, ਵੈਸੇ ਤਾਂ ਉਹਨਾਂ ਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਆ ਲਗਭਗ ਸਾਰੇ ਸੁਪਰ ਹਿੱਟ ਹੋਏ ਆ ਤੇ ਉਹ ਗੀਤ ਨੇ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ, ਬਾਕੀ ਰਹਿ ਗਏ ਹਾਲ ਪੁੱਛਦੇ, ਹੁਣ ਤੇਰੇ ਪੇਕਿਆਂ ਨੂੰ ਫੋੜ ਛੂਕਦਾ ਜਾਊ, ਕੱਚਿਆਂ ਘਰਾਂ 'ਚ ਵਸਣਾ ਪਊ, ਅਸੀਂ ਵਾਅਦੇ ਕਰਕੇ ਮੁੱਕਰੇ ਹਾਂ, ਤੇਰੇ ਤੋਂ ਯਾਰਾ ਕੀ ਪੜਦਾ, ਐਬ ਤਾਂ ਇੱਕ ਮਾੜਾ ਵੇ, ਤੂੰ ਤਾਂ ਦੋ ਦੋ ਲਾਈ ਫਿਰਦਾ। ਆਦਤ ਪਾਤੀ ਚੰਦਰੀ ਨੀ ਮੈਂ
ਜੱਗੇ ਜੱਟ ਵਾਂਗੂ ਯਾਰਾਂ ਦੀ ਚੜ੍ਹਾਈ ਬੱਲੀਏ, ਚੰਨ ਜਿਹੇ ਮੁਖੜੇ ਤੇ ਇਸ ਤੋਂ ਬਿਨਾਂ ਵੀ ਉਹਨਾਂ ਦੇ ਗੀਤਾਂ ਦੀ ਲਿਸਟ ਬਹੁਤ ਲੰਬੀ ਆ। ਦੋਸਤੋ ਜੇ ਆਪਾਂ ਉਹਨਾਂ ਦੇ ਕੁਝ ਰੀਸੈਂਟ ਸੌਂਗਸ ਦੀ ਗੱਲ ਕਰੀਏ ਤਾਂ ਉਹਨਾਂ ਦਾ ਪਿਛਲੀ ਦਿਨੀ ਗਾਣਾ ਆਇਆ ਸੀ ਵਿਆਹ, ਜਿਸ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਇਸ ਦੇ ਨਾਲ ਹੀ ਦਿਲ ਸੋਚ ਕੇ ਲਾਈ ਤੇ ਟਰੱਕ ਲਾਈਫ, ਇਹਨਾਂ ਗਾਣਿਆਂ ਨੂੰ ਵੀ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ। ਦੋਸਤੋ ਸਿੰਗਿੰਗ ਵਿੱਚ ਮੱਲਾ ਮਾਰਨ ਤੋਂ ਬਾਅਦ ਮਨਜੀਤ ਰੂਪੋਵਾਲੀਆਂ ਨੇ ਫਿਲਮੀ ਖੇਤਰ ਵਿੱਚ ਆਪਣੀ ਐਕਟਿੰਗ ਦੇ ਵੀ ਜ਼ੋਰ ਦਿਖਾਏ। ਉਹਨਾਂ ਦੀ ਫਿਲਮ ਆਈ ਸੀ ਅਸੀਂ ਹਾਂ ਯਾਰ ਪੰਜਾਬੀ, ਇਸ ਵਿੱਚ ਉਹਨਾਂ ਨੇ ਬਤੌਰ ਹੀਰੋ ਕੰਮ ਕੀਤਾ ਤੇ ਇਸ ਫਿਲਮ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਦੋਸਤੋ ਬਹੁਤ ਸਾਰੇ ਦਰਸ਼ਕ ਅਕਸਰ ਹੀ ਪੁੱਛਦੇ ਰਹਿੰਦੇ ਆ ਕਿ ਮਨਜੀਤ ਰੂਪੋਵਾਲੀਆ ਜੀ ਅੱਜ ਕੱਲ੍ਹ ਕਿੱਥੇ ਆ, ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਮਨਜੀਤ ਰੂਪੋਵਾਲੀਆ ਜੀ ਦੇ ਬੈਕ ਟੂ ਬੈਕ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸੌਂਗ ਆ ਰਹੇ ਆ ਤੇ ਉਹ ਅੱਜ ਕੱਲ੍ਹ ਆਪਣੀ ਵਾਈਫ ਤੇ ਆਪਣੇ ਬੇਟੇ ਅਗਮ ਰੂਪੋਵਾਲੀ ਅਤੇ ਬੇਟੀ ਆਸਥਾ ਨਾਲ ਕੈਲਗਰੀ ਕੈਨੇਡਾ ਵਿਖੇ ਰਹਿ ਰਹੇ ਆ ਤੇ ਉਹ ਅਕਸਰ ਹੀ ਜਿੰਨੇ ਵੀ ਲਾਈਵ ਸ਼ੋਜ਼ ਹੁੰਦੇ ਆ ਉਹ ਕਰਦੇ ਰਹਿੰਦੇ ਆ ਤੇ ਉਹ ਪੰਜਾਬ ਵੀ ਆਉਂਦੇ ਰਹਿੰਦੇ ਆ। ਸੋ ਦਰਸ਼ਕ ਉਹਨਾਂ ਦੀ ਗਾਇਕੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਦੋਸਤੋ ਮਨਜੀਤ ਰੂਪੋਵਾਲੀ ਜੀ ਨੇ ਹਮੇਸ਼ਾ ਹੀ ਸਾਫ਼ ਸੁਥਰੀ ਗਾਇਕੀ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਅਸੀਂ ਮਨਜੀਤ ਰੂਪੋਵਾਲੀ ਨੂੰ ਆਪਣੇ ਚੈਨਲ ਬੌਲੀ ਹੌਲੀ ਬਾਬਾ ਦੀ ਸਾਡੀ ਪੂਰੀ ਟੀਮ ਵੱਲੋਂ ਸਲਾਮ ਕਰਦੇ ਹਾਂ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੇ ਕਿ ਮਨਜੀਤ ਰੂਪੋਵਾਲੀ ਜੀ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਵਾਹਿਗੁਰੂ ਜੀ ਉਹਨਾਂ ਨੂੰ ਲੰਬੀ ਉਮਰ ਬਖਸ਼ਣ। ਸੋ ਦੋਸਤੋ ਇਹ ਸੀ ਮਨਜੀਤ ਰੂਪੋਵਾਲੀ ਦੀ ਬਾਇਓਗ੍ਰਾਫੀ, ਮੈਨੂੰ ਉਮੀਦ ਆ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਜੇ ਦੋਸਤੋ ਤੁਹਾਨੂੰ ਵੀਡੀਓ ਪਸੰਦ ਆਈ ਤੇ ਤੁਸੀਂ ਮਨਜੀਤ ਰੂਪੋਵਾਲੀ ਦੇ ਫੈਨ ਆ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਨਾਲ ਦੇ ਨਾਲ ਜਿੰਨੇ ਵੀ ਮਨਜੀਤ ਰੂਪੋਵਾਲੀ ਦੇ ਗੀਤਾਂ ਨੂੰ ਮਿਸ ਕਰਦੇ ਆ ਇਸ ਵੀਡੀਓ ਹੇਠਾਂ ਕਮੈਂਟਾਂ ਵਿੱਚ ਲਿਖੋ ਮਿਸ ਯੂ ਮਨਜੀਤ ਰੂਪੋਵਾਲੀ ਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਮਨਜੀਤ ਰੂਪੋਵਾਲੀ ਦੀ ਲਾਈਫ ਤੇ ਸੰਘਰਸ਼ ਬਾਰੇ ਜਾਣ ਸਕਣ ਤੇ ਇਸੇ ਤਰ੍ਹਾਂ ਦੀਆਂ ਬਾਇਓਗ੍ਰਾਫੀ ਵੀਡੀਓਜ਼ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਇੰਨੇ ਸ਼ਬਦਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ, ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ, ਸਤਿ ਸ਼੍ਰੀ ਅਕਾਲ ਜੀ।